ਜਿੱਦਾਂ ਜਿੱਦਾਂ ਸਾਡੇ ਸਮਾਜ ਦੇ ਵਿੱਚ ਵੈਸਟਰਨ ਕਲਚਰ ਵੈਸਟਰਨ ਫੂਡ ਦੀ ਜਗ੍ਹਾ ਵੱਧਦੀ ਜਾ ਰਹੀ ਹੈ, ਇਸਦਾ ਨੁਕਸਾਨ ਵੀ ਜਿਹੜਾ ਸਾਨੂੰ ਹੀ ਹੋ ਰਿਹਾ। ਪਰ PAU ਕਿਸਾਨ ਮੇਲੇ ਦਾ ਜੋ ਦੂਸਰਾ ਦਿਨ ਹੈ, ਇੱਥੇ ਇੱਕ ਖਾਸ ਗੱਲ ਇਹ ਦੇਖਣ ਨੂੰ ਮਿਲੀ ਹੈ ਕਿ ਜਿਹੜਾ ਖਾਣਾ ਖਾਣ ਵਿੱਚ ਹਾਨੀਕਾਰਕ ਸਾਬਤ ਹੋ ਚੁੱਕਾ ਹੈ, ਉਸ ਖਾਣੇ ਨੂੰ ਕੁਝ ਅਜਿਹੇ ਢੰਗ ਨਾਲ ਤਿਆਰ ਕੀਤਾ ਗਿਆ, ਕੁਝ ਅਜਿਹੇ ਢੰਗ ਨਾਲ ਬਣਾਇਆ ਗਿਆ। ਤੁਹਾਨੂੰ ਤਸਵੀਰਾਂ ਰਾਹੀਂ ਉਹਨਾਂ ਚੀਜ਼ਾਂ ਦੀ ਜਾਣਕਾਰੀ ਦੇ ਦਿੰਦੇ ਹਾਂ। ਇਹ ਤਸਵੀਰ ਹੈ, ਕੁਝ ਚੀਜ਼ਾਂ ਇਹਨਾਂ ਨੇ PAU ਡਿਪਾਰਟਮੈਂਟ ਨੇ ਬਣਾਈਆਂ ਨੇ, ਫੂਡ ਡਿਪਾਰਟਮੈਂਟ ਨੇ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਖਾਸ ਗੱਲ ਜਿਹੜੀ ਇੱਥੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਪਾਸਤੇ ਦੇ ਬੜੇ ਸ਼ੌਕੀਨ ਹੁੰਦੇ ਨੇ ਸਾਡੇ ਪੰਜਾਬੀ ਵੀ, ਜਾਂ ਕਿਤੇ ਦਾ ਵੀ ਰਹਿਣ ਵਾਲਾ ਹੋਵੇ, ਪਾਸਤਾ ਬੜਾ ਜ਼ਿਆਦਾ ਪ੍ਰੈਫਰ ਕੀਤਾ ਜਾਂਦਾ ਐਜ਼ ਅ ਸਟਾਰਟਰ। ਪਰ ਮੈਦਾ ਹੁੰਦਾ ਇਸ ਕਰਕੇ ਹਾਨੀਕਾਰਕ ਮੰਨਿਆ ਜਾਂਦਾ ਪਾਸਤਾ। ਮਾਂ ਬਾਪ ਘੱਟ ਪ੍ਰੈਫਰ ਕਰਦੇ ਨੇ ਬੱਚੇ ਨੂੰ ਮੈਗੀ ਪਾਸਤਾ ਦੇਣਾ। ਪਰ ਅਜਿਹੀ ਕਿਹੜੀ ਚੀਜ਼ ਨਾਲ ਤਿਆਰ ਕੀਤਾ ਪਾਸਤਾ ਕਿ ਹੈਲਥ ਵਾਸਤੇ ਅੱਛਾ ਹੈ? ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਪਾਸਤਾ ਜਿਹੜਾ ਕਨਵੀਨੀਅੰਟ ਫੂਡ ਹੈਗਾ, ਠੀਕ ਹੈ, ਤੋ ਇਹ ਅੱਜ ਕੱਲ੍ਹ ਦੇ ਬੱਚਿਆਂ ਦੀ ਅਤੇ ਅੱਜ ਕੱਲ੍ਹ ਦੀ ਜਨਰੇਸ਼ਨ ਦੀ ਮੰਗ ਹੈਗੀ ਹੈ। ਇਸ ਕਰਕੇ ਅਸੀਂ ਪਾਸਤਾ ਦੇ ਉੱਤੇ ਬਹੁਤ ਕੰਮ ਕੀਤਾ ਹੈ ਅਤੇ ਅਸੀਂ ਪਾਸਤਾ ਜਿਹੜਾ ਹੈ ਪ੍ਰੋਟੀਨ ਇਨਰਿਚ ਹੋਲ ਵੀਟ ਦਾ ਅਤੇ ਡਿਊਰਮ ਵੀਟ ਜਿਹੜਾ ਕਿ ਤੁਹਾਨੂੰ ਪਤਾ ਹੀ ਹੈ ਉਹਦੇ ਨਾਲ ਬਣਾ ਰਹੇ ਹਾਂ। ਅਸੀਂ ਬਿਲਕੁਲ ਮੈਦਾ ਰਹਿਤ ਬਣਾਇਆ ਹੈ ਔਰ ਇਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਵੀ ਜ਼ਿਆਦਾ ਹੈ ਅਤੇ ਕੁਝ ਇਹੋ ਜਿਹੇ ਪਾਸਤੇ ਵੀ ਬਣਾਏ ਹਨ ਜਿਹਦੇ ਵਿੱਚ ਅਸੀਂ ਵੈਜੀਟੇਬਲਸ ਪਾਈਆਂ ਹਨ। ਵੈਜੀਟੇਬਲਸ ਦਾ ਵੀ ਪੂਰੇ ਮਤਲਬ ਨਿਊਟ੍ਰੀਸ਼ਨ ਉਹਦੇ 'ਚ ਹੈਗਾ ਕਿ ਜੋ ਕਿ ਜਸਟ ਤੁਸੀਂ ਕੁੱਕ ਕਰਨਾ ਹੈ ਅਤੇ 2 ਮਿੰਟ 'ਚ ਰੈਡੀ ਹੋ ਜਾਏਗਾ, ਤੁਹਾਨੂੰ ਕੋਈ ਉਹਦੇ 'ਚ ਜ਼ਿਆਦਾ ਐਫਰਟਸ ਕਰਨ ਦੀ ਲੋੜ ਵੀ ਨਹੀਂ ਹੈ। ਪਾਸਤਾ ਕਹਿੰਦੇ ਕਿ ਜਦੋਂ ਬੱਚੇ ਜਾਂ ਕੋਈ ਵੀ ਉਮਰ ਦਾ ਵਿਅਕਤੀ ਖਾਂਦਾ ਹਜ਼ਮ ਨਹੀਂ ਹੁੰਦਾ, ਜੰਮ ਜਾਂਦਾ ਅੰਦਰ ਜਾ ਕੇ, ਤਾਂ ਇਹ ਇਹ ਜਿਹੜਾ ਤੁਸੀਂ ਤਿਆਰ ਕੀਤਾ ਪਾਸਤਾ, ਇਹ ਕਿਵੇਂ ਵੱਖਰਾ ਉਸ? ਇਹ ਇਸ ਤਰ੍ਹਾਂ ਵੱਖਰਾ ਹੈ, ਇਹ ਮੈਦੇ ਰਹੀ ਤਾਂ ਮੈਂ ਤੁਹਾਨੂੰ ਜਿਵੇਂ ਦੱਸਿਆ ਹੈ ਇਹਦੇ ਵਿੱਚ ਅਸੀਂ ਹੋਲ ਵੀਟ ਯੂਜ਼ ਕੀਤਾ ਹੈ, ਪੂਰਾ ਅਨਾਜ ਹੈ। ਪੂਰਾ ਅਨਾਜ ਜਦੋਂ ਆਪਾਂ ਖਾਵਾਂਗੇ ਉਹ ਫਾਈਬਰ ਜਾਏਗਾ ਅਤੇ ਕਿਤੇ ਨਾ ਕਿਤੇ ਸਾਡੀ ਜਿਹੜੀ ਹੈ ਉਹ ਪਚਨ ਸ਼ਕਤੀ ਵੱਧਦੀ ਹੈ, ਉਹਦੇ ਨਾਲ ਡਾਇਜੈਸਟ ਕਰਨ ਦੀ ਵੱਧਦੀ ਹੈ, ਹੋਰ ਵੀ ਚੀਜ਼ਾਂ ਨੂੰ, ਕਿਉਂਕਿ ਫਾਈਬਰ ਬਹੁਤ ਹੈ ਅਤੇ ਹੋਰ ਵੀ ਚੀਜ਼ਾਂ ਨੂੰ ਵੀ ਡਾਇਜੈਸਟ ਕਰੇਗਾ। ਨਾਲ ਦੇ ਨਾਲ ਪ੍ਰੋਟੀਨ ਰਿਚ ਹੈ, ਬੱਚਿਆਂ ਨੂੰ ਪ੍ਰੋਟੀਨ ਦੀ ਮਾਤਰਾ ਬਹੁਤ ਚਾਹੀਦੀ ਹੁੰਦੀ ਹੈ ਵਧਣ ਭੁੱਲਣ ਲਈ। ਦੂਸਰਾ ਇਹਦੇ ਵਿੱਚ ਵੈਜੀਜ਼ ਵੀ ਹੈ, ਵੈਜੀ ਵਾਲਾ ਪਾਸਤਾ ਵੀ ਬਣਾਇਆ ਜਿਹ 'ਚ ਵੈਜੀ। ਇਸ ਨੂੰ ਬਣਾਉਣ ਦੀ ਟ੍ਰੇਨਿੰਗ ਕਿਸ ਤਰ੍ਹਾਂ ਮਿਲੀ? ਇਹ ਅਸੀਂ ਜਿਹੜੀ ਇਹ ਰਿਸਰਚ ਕਰਕੇ ਅਸੀਂ ਬਣਾਇਆ ਹੈ ਅਤੇ ਹੁਣ ਇਹ ਅਸੀਂ ਟੈਕਨੋਲੋਜੀ ਫਾਰਮਰਸ ਤੱਕ ਪਹੁੰਚਾ ਰਹੇ ਹਾਂ। ਅਸੀਂ ਥਰੂ ਟ੍ਰੇਨਿੰਗਸ 2 ਸਾਲ 'ਚ 2 ਵਾਰੀ ਕਰੀਦੇ ਹਾਂ, ਜਨਵਰੀ 'ਚ ਅਤੇ 1 ਮਈ 1 ਜੂਨ ਦੇ ਵਿੱਚ ਕੀਤੀ ਜਾਂਦੀ ਹੈ, ਜਿਹਦੇ ਨਾਲ ਅਸੀਂ ਇਹ ਟੈਕਨੋਲੋਜੀ ਦਿੰਦੇ ਹਾਂ ਕਿ ਕਿਸ ਤਰ੍ਹਾਂ ਬਣਾਈਏ ਪਾਸਤਾ। ਅਤੇ ਨਵੇਂ ਨਵੇਂ ਜਿਹੜੇ ਫਾਰਮਰਸ ਹੈ, ਜਿਹੜੇ ਬਿਜ਼ਨਸ 'ਚ ਆਉਣਾ ਚਾਹੁੰਦੇ ਹੈ, ਪ੍ਰੋਸੈਸ ਕਰਨਾ ਚਾਹੁੰਦੇ ਹੈ, ਉਹਨਾਂ ਨੂੰ ਕਣਕ ਦਾ ਆਪਣਾ ਮੁੱਲ ਨਹੀਂ ਮਿਲਦਾ ਪਿਆ, ਤਾਂ ਅਸੀਂ ਉਹਨਾਂ ਨੂੰ ਵੀ ਇਹ ਸਾਰੀ ਟੈਕਨੋਲੋਜੀ ਦਿੰਦੇ ਹਾਂ। ਮਾਰਕੀਟ ਦੇ ਵਿੱਚ ਜਿਹੜਾ ਪਾਸਤਾ ਆਮ ਤੌਰ 'ਤੇ ਮਿਲ ਰਿਹਾ ਉਹ ਬਹੁਤ ਜ਼ਿਆਦਾ ਹਾਨੀਕਾਰਕ ਹੈ, ਅਤੇ ਜਿਹੜਾ ਪਾਸਤਾ ਤੁਸੀਂ ਤਿਆਰ ਕੀਤਾ ਹੈ ਇਸ ਨੂੰ ਮਾਰਕੀਟ ਤੱਕ ਪਹੁੰਚਣ 'ਚ ਕਿੰਨਾ ਸਮਾਂ ਲੱਗ ਜਾਏ? ਦੇਖੋ, ਇਹ ਕਾਫੀ ਦੇਰ ਤੋਂ ਅਸੀਂ ਸ਼ੁਰੂ ਕੀਤਾ ਹੋਇਆ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਫਾਰਮਰਸ ਨੂੰ ਅਤੇ ਇੰਡਸਟਰੀਜ਼ ਨੂੰ ਅਸੀਂ ਇਹਦੇ 'ਚ ਲੈ ਕੇ ਆਈਏ, ਤਾਂ ਅਸੀਂ ਸੋਚ ਰਹੇ ਹਾਂ ਕਿ 1-2 ਸਾਲ ਦੇ ਵਿੱਚ ਅਸੀਂ ਪੂਰੀ ਹੱਦ ਤੱਕ ਇਹਨੂੰ ਪੰਜਾਬ ਦੇ ਵਿੱਚ ਤਾਂ ਕਰਾ ਦੇਵਾਂਗੇ। 1-2 ਸਾਲ ਤੱਕ ਹੈਲਦੀ ਪਾਸਤਾ ਮਾਰਕੀਟ ਦੇ ਵਿੱਚ ਦੁਕਾਨਾਂ 'ਤੇ ਅਵੇਲੇਬਲ ਹੋਣ ਵਾਲਾ ਹੈ, ਤਾਂ ਮਾਵਾਂ ਜਿਹੜੀਆਂ ਚਿੰਤਤ ਰਹਿੰਦੀਆਂ ਨੇ ਆਪਣੇ ਬੱਚਿਆਂ ਦੀ ਸਿਹਤ ਨੂੰ ਲੈ ਕੇ, ਕਿਉਂਕਿ ਇਹ ਖਾਣਾ ਜਿਹੜਾ ਅੱਜ ਕੱਲ੍ਹ ਮਿਲ ਰਿਹਾ ਮਾਰਕੀਟ ਦੇ ਵਿੱਚ ਇੱਕ ਬੜਾ ਹੀ ਹਾਨੀਕਾਰਕ ਸਾਬਤ ਹੁੰਦਾ ਹੈ, ਸਿਹਤ ਵਾਸਤੇ ਨੁਕਸਾਨਦਾਇਕ ਹੁੰਦਾ ਹੈ। ਹੁਣ ਉਹੀ ਖਾਣੇ ਦਾ ਰੂਪ ਜਿਹੜਾ ਹੈ ਬਦਲ ਦਿੱਤਾ ਗਿਆ ਹੈ ਅਤੇ ਇਸ ਪਾਸਤੇ ਦੀ ਨੁਹਾਰ ਵੀ ਬਦਲੀ ਗਈ ਹੈ ਅਤੇ ਇਸ ਨੂੰ ਬਣਾਉਣ ਦਾ ਤਰੀਕਾ ਵੀ ਬਦਲ ਦਿੱਤਾ ਗਿਆ ਹੈ ਅਤੇ ਹੈਲਦੀ ਸਾਬਤ ਹੋਵੇਗਾ ਅਤੇ ਜਲਦੀ ਹੀ ਮਾਰਕੀਟ ਦੇ ਵਿੱਚ ਅਵੇਲੇਬਲ ਕਰਵਾਉਣ ਦੀ ਵੀ ਗੱਲ ਇਹਨਾਂ ਵੱਲੋਂ ਆਖੀ ਗਈ ਹੈ। PAU ਕਿਸਾਨ ਮੇਲੇ ਦੇ ਦੂਸਰੇ ਦਿਨ ਦੇ ਇਸ ਅਪਡੇਟ ਦੇ ਵਿੱਚ ਫਿਲਹਾਲ ਬਸ ਇੰਨਾ ਹੀ। ਕੈਮਰਾਮੈਨ ਗਗਨ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ। ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਈਲੈਟਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾ ਰਿਹਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ, ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਿਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ, ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ। ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ।